लोग जाने ही गीत है, लोग जाने ही गीत है। ये तो ब्रह्म विचार, ये तो ब्रह्म विचार, लोग जाने ही गीत है, लोग जाने ही गीत है, लोग जाने ही गीत है। ਫਿਰ ਅਸੀਂ ਹੁਕਮ ਕਿਵੇਂ ਕਰ ਸਕਦੇ ਹਾਂ, ਅਸੀਂ ਕਿਵੇਂ ਕਹਿ ਸਕਦੇ ਇੰਜ ਹੋ ਜਾਏਗਾ, ਕਿਉਂਕਿ ਜੋ ਹੁੰਦਾ ਉਹੀ ਹੋਏਗਾ। ਸੋ ਪਾਤਸ਼ਾਹ ਸ਼ਾਹਾਂ ਪਖ ਸਾਹਿਬ, ਉਹ ਪਾਤਸ਼ਾਹ ਹੈ ਸ਼ਾਹਾਂ ਦਾ, ਸ਼ਾਹਾਂ ਦਾ ਸ਼ਾਹ ਪਾਤਸ਼ਾਹ। ਨਾਨਕ ਰਹਿਣ ਰਜਾਈ, ਕਿ ਨਾਨਕ ਉਹਦੀ ਰਜਾ ਵਿੱਚ ਹੀ ਰਿਹਾ ਜਾ ਸਕਦਾ ਹੈ। ਜਿੱਥੇ ਮਾਲਕ ਕਹਿੰਦੇ ਉਹਦੀ ਰਜਾ ਵਿੱਚ ਹੀ ਰਿਹਾ ਜਾ ਸਕਦਾ, ਕਿਉਂਕਿ ਰਜਾ ਵਿੱਚ ਰਹਿ ਕੇ ਹੁਕਮ ਅਤੇ ਰਜਾ, ਇਹ ਦੋ ਚੀਜ਼ਾਂ ਨੇ ਉਸ ਮਾਲਕ ਨੂੰ ਪ੍ਰਾਪਤ ਕਰਨ ਲਈ ਜਿਨ੍ਹਾਂ ਨੇ ਹੁਕਮ ਬੁੱਝਿਆ। ਹੁਕਮੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਈ। ਨਾਨਕ ਹੁਕਮੈ ਜੇ ਬੁੱਝੈ ਤਾਂ ਹਉਮੈ ਕਹਿ ਨਾ ਕੋਈ। ਜਦੋਂ ਹੁਕਮ ਬੁੱਝ ਲਿਆ, ਜਾਣ ਲਿਆ, ਸਮਝ ਲਿਆ, ਅੰਦਰੋਂ ਹਉਮੈ ਚਲੀ ਗਈ। ਹੁਕਮੈ ਬੁੱਝੈ ਤਾਂ ਦਰ ਸੁੱਝੈ, ਇਹ ਸੌ ਦਰ ਦੀ ਗੱਲ ਹੋ ਰਹੀ ਹੈ ਇੱਥੇ ਵੀ। ਇੱਥੇ ਵੀ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਜਿਨ੍ਹਾਂ ਨੇ ਹੁਕਮ ਨੂੰ ਬੁੱਝ ਲਿਆ ਨਾ, ਉਹ ਦਰ ਨੂੰ ਸੁੱਝੀ ਆ ਗਈ, ਉਹ ਦਰ ਦੀ ਗੱਲ ਕਰਦੇ ਨੇ। ਇੱਥੇ ਪਾਤਸ਼ਾਹ ਕਹਿੰਦੇ ਉਸ ਮਾਲਕ ਅੱਗੇ ਹੁਕਮ ਦੀ ਗੱਲ ਨਹੀਂ ਹੋ ਸਕਦੀ, ਉਹਦੀ ਰਜਾ ਵਿੱਚ ਰਿਹਾ ਹੀ ਬਣਦਾ ਹੈ। ਉਹਦੀ ਰਜਾ ਵਿੱਚ ਰਹਿ ਕੇ ਹੀ ਉਸ ਮਾਲਕ ਦੀ ਦਰ ਦੀ ਪ੍ਰਾਪਤੀ ਕੀਤੀ ਜਾ ਸਕਦੀ। ਆਸਾ ਮਹੱਲਾ ਪਹਿਲਾ, ਸੁਣ ਵੱਡਾ ਅੱਖ ਸਭ ਕੋਏ, ਕੇਵਟ ਵੱਡਾ ਕੀਠਾ ਹੋਏ, ਕੀਮਤ ਪਾਏ ਨਾ ਕਹਿਆ ਜਾਏ, ਕਹਿਣ ਵਾਲੇ ਤੇਰੇ ਰਹੇ ਸਮਾਏ, ਵੱਡੇ ਮੇਰੇ ਸਾਹਿਬਾ, ਲਹਿਰ ਗੰਭੀਰਾ ਗੁਣੀ ਗਹੀਰਾ, ਕੋਈ ਨਾ ਜਾਣੇ ਤੇਰਾ ਕੀਤਾ ਕੇਵਟ ਚੀਰਾ, ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ, ਗਿਆਨੀ ਧਿਆਨੀ ਗੁਰ ਗੁਰਹਾਈ, ਕਹਿਣ ਨਾ ਜਾਈ ਤੇਰੀ ਤਿਲ ਵਡਿਆਈ, ਸਭ ਸਤ ਸਭ ਤਤ ਸਭ ਚੰਗਿਆਈਆਂ, ਸਿੱਧਾਂ ਪੁਰਖਾਂ ਕੀਆਂ ਵਡਿਆਈਆਂ, ਉਦਗਣ ਸਿੱਧੀ ਕਿਨੈ ਨਾ ਪਾਈਆਂ, ਕਰਮ ਮਿਲੈ ਨਹੀਂ ਠਾਕ ਰਹਾਈਆ, ਆਖਣ ਵਾਲਾ ਕਿਆ ਵਿਚਾਰਾ, ਸਿੱਧੀ ਭਰੇ ਤੇਰੇ ਭੰਡਾਰਾ, ਜਿਸ ਤੂੰ ਦੇ ਤਿਸੈ ਕਿਆ ਚਾਰਾ, ਨਾਨਕ ਸੱਚ ਸਵਾਰ ਨਹਾਰਾ, ਸੱਚ ਸਵਾਰ ਨਹਾਰਾ। ਆਸਾ ਰਾਗ ਵਿੱਚ
ਇਹ ਸ਼ਬਦ ਗੁਰੂ ਨਾਨਕ ਪਾਤਸ਼ਾਹ ਜਪ ਕਰਦੇ ਨੇ। ਸੁਣ ਵੱਡਾ ਆਖੇ ਸਭ ਕੋਈ, ਸੁਣ ਕੇ ਵੇਖਿਆ ਨਹੀਂ, ਸੁਣ ਕੇ ਅਸੀਂ ਵੀ ਕਹਿਤਾ ਕਿ ਬਹੁਤ ਵੱਡਾ ਹੈ। ਸਾਰੇ ਕਹਿੰਦੇ ਨੇ ਕਿ ਪਰਮਾਤਮਾ ਬਹੁਤ ਵੱਡਾ ਹੈ। ਸੁਣ ਵੱਡਾ ਆਖੇ ਸਭ ਕੋਈ, ਕੇਵਲ ਵੱਡਾ ਡੀਠਾ ਹੋਇਆ, ਕਿੰਨਾ ਵੱਡਾ ਇਹਦੀ ਵੇਖਿਆ ਪਤਾ ਲੱਗੀ ਰਹੇ, ਡੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ, ਜਿਹੜੇ ਇੰਨਾ ਵੱਡਾ ਉਹਦੀ ਕੋਈ ਕੀਮਤ ਨਹੀਂ ਪਾ ਸਕਦਾ, ਨਾ ਹੀ ਕੋਈ ਬਿਆਨ ਕਰ ਸਕਦਾ ਆਪਣੀ ਬੁੱਧੀ ਨਾਲ, ਕਿਉਂਕਿ ਸਾਡੀ ਮੱਤ ਬੁੱਧ ਤੋਂ ਬਾਹਰ ਹੈ, ਅਗੋਚਰ ਹੈ। ਉੱਥੇ ਕੀਮਤ ਪਾਏ ਨਾ ਕਹਿਆ ਜਾਏ, ਕਹਿਣ ਵਾਲੇ ਤੇਰੇ ਰਹੇ ਸਮਾਏ, ਬਸ ਇੰਨੀ ਗੱਲ ਹੈ ਕਿ ਤੈਨੂੰ ਕਹਿੰਦੇ ਕਹਿੰਦੇ ਨਾ ਤੇਰੇ ਵਿੱਚ ਜਾ ਸਮਾਏ, ਕਹਿਣ ਵਾਲੇ ਨੇ ਜਿਹੜੇ ਤੈਨੂੰ, ਤੂੰ ਤੂੰ ਕਰਤਾ ਤੂੰ ਹੋਆ, ਉੱਥੇ ਤੇਰੇ ਚ ਜਾ ਸਮਾਏ। ਉਹਨਾਂ ਚੋਂ ਆਪਣਾ ਭਾਵ ਹੀ ਖਤਮ ਹੋ ਗਿਆ, ਕਹਿਣ ਜੋਗੇ ਰਹੇ ਹੀ ਨੇ। ਇੱਕ ਦਰਿਆ ਸ਼ੁਕ ਦਾ ਦਰਿਆ ਜਦੋਂ ਜਾ ਕੇ ਸਮੁੰਦਰ ਚ ਵੜਿਆ, ਉਹ ਦਰਿਆ ਥੋੜੀ ਰਹਿ ਗਿਆ, ਉੱਥੇ ਸਮੁੰਦਰ ਹੋ ਗਿਆ। ਉਹ ਆਪਣੀ ਹਸਤੀ ਮਿਟਾ ਬੈਠਾ ਬਸ। ਇਸੇ ਤਰ੍ਹਾਂ ਹੀ ਤੈਨੂੰ ਕਹਿਣ ਵਾਲੇ ਤੇਰੀ ਸਿਫਤ ਨਾਲ ਜੁੜੇ ਹੋਏ, ਉਹ ਆਪਣੀ ਹਉਮੈ ਨੂੰ ਆਪਣੀ ਹਸਤੀ ਨੂੰ ਮਿਟਾ ਬੈਠੇ ਤੇ ਉੱਥੇ ਤੇਰੇ ਵਰਗੀ ਹੋ ਗਏ, ਬਸ ਚੁੱਪ ਹੋ ਗਏ। ਕੀ ਕਹਿਣ ਜੋ ਮੂੰਗੇ ਕੀ ਮਠਿਆਈ ਵਾਲੀ ਗੱਲ, ਕਹਿਣੇ ਵਾਲੇ ਤੇਰੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗੰਭੀਰਾ। ਇੱਥੇ ਮਹਾਰਾਜ ਪਰਮਾਤਮਾ ਨੂੰ ਸੰਬੋਧਨ ਹੋ ਕੇ ਗੱਲ ਕਰਦੇ ਨੇ, ਇਹ ਮੇਰੇ ਸਾਹਿਬ ਤੂੰ ਬਹੁਤ ਵੱਡਾ ਹੈ, ਤੂੰ ਗਹਿਰ ਗੰਭੀਰ ਹੈ, ਡੂੰਘੇ ਸੁਭਾਅ ਵਾਲਾ ਹੈ, ਬੜਾ ਗੰਭੀਰ। ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗੰਭੀਰਾ, ਗੁਣਾਂ ਦਾ ਅਥਾਹ ਖਜ਼ਾਨਾ ਗਹਿਰ ਹੈ ਤੂੰ, ਕਿਉਂਕਿ ਪਰਮਾਤਮਾ ਦਾ ਨਾਂ ਰੂਪ ਰੰਗ ਰੇਖ ਇੱਕ ਕੋਈ ਨਹੀਂ, ਉੱਥੇ ਗੁਣਾ ਕਰਕੇ ਸਾਂਝ ਹੈ। ਗੁਣੀ ਗੰਭੀਰਾ ਕੋਈ ਨਾ ਜਾਣੈ ਤੇਰਾ ਕੀਤਾ ਕੇਵੜ ਚੀਰਾ, ਇਹ ਤੇਰਾ ਕਿੰਨਾ ਵੱਡਾ ਵਿਸਥਾਰ ਤੂੰ ਕੀਤਾ ਹੋਇਆ ਹੈ। ਚੀਰਾ ਹੁੰਦਾ ਵਿਸਥਾਰ, ਖਲਾਰਾ ਜਿਹੜਾ ਨਜ਼ਰ ਆ ਰਿਹਾ ਹੈ, ਇਹਦੇ ਬਾਰੇ ਕੋਈ ਨਹੀਂ ਜਾਣ ਸਕਿਆ ਅੱਜ ਤੱਕ। ਇਹ ਬ੍ਰਹਿਮੰਡ, ਇਹ ਤਾਰੇ, ਇਹ ਆਕਾਸ਼ ਨੀਲਾ ਜਿਹੜਾ ਦੂਰ ਤੱਕ ਨਜ਼ਰ ਆਉਂਦਾ ਹੈ, ਇਹ ਕਿੱਥੇ ਤੱਕ ਹੈ, ਇਹਦੇ ਬਾਰੇ ਹੁਣ ਤੱਕ ਕੋਈ ਨਹੀਂ ਸਮਝ ਸਕਿਆ ਨਾ ਜਾਣ ਸਕਿਆ। ਇਹਦੀ ਵੱਡੀ ਬਿਰਧਤਾ ਦੀ ਮਹਾਰਾਜ ਗੱਲ ਕਰਦੇ ਨੇ ਇੱਥੇ। ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ, ਇੱਥੇ ਮਤਲਬ ਸਾਰੇ ਸੁਰਤੀ ਵਾਲਿਆਂ ਨੇ, ਗਿਆਨਵਾਨ ਲੋਕਾਂ ਨੇ, ਉੱਚੀ ਸੁਰਤ ਵਾਲਿਆਂ ਨੇ ਮਿਲ ਕੇ ਬੈਠ ਕੇ ਸਭ ਸੁਰਤੀ ਮਿਲ ਸੁਰਤ ਕਮਾਈ, ਇਹ ਕਮਾਈ ਉਪਾਲ ਹੈ, ਇਕੱਠਿਆਂ ਹੋ ਕੇ ਬੈਠ ਕੇ ਜਾਣਨ ਦੀ ਕੋਸ਼ਿਸ਼ ਕੀਤੀ। ਸਭ ਕੀਮਤ ਮਿਲ ਕੀਮਤ ਪਾਈ, ਸਾਰੇ ਮੁੱਲ ਪਾਉਣ ਵਾਲਿਆਂ ਨੇ ਅੰਦਾਜ਼ਾ ਲਾਉਣ ਦੀ ਕੋਸ਼ਿਸ਼ ਕੀਤੀ ਤੇਰਾ, ਜਿੰਨਾ ਜਿੰਨਾ ਕਿਸੇ ਦਾ ਵਿੱਤ ਸੀ, ਜਿੰਨੀ ਜਿੰਨੀ ਕਿਸੇ ਦੀ ਹਸਤੀ ਸੀ, ਉਹਦੇ ਮੁਤਾਬਕ ਤੈਨੂੰ ਜਾਣਨ ਦੀ ਕੋਸ਼ਿਸ਼ ਕੀਤੀ ਕਿ ਸ਼ਾਇਦ ਇੰਨੇ ਪਾਠ ਕਰਨ ਨਾਲ, ਇੰਨੀਆਂ ਮਾਲਾ ਫੇਰਨ ਨਾਲ, ਇੰਨੇ ਆਹ ਕਰਨ ਨਾਲ, ਇੰਨੇ ਵਾਰੀ ਨਹਾਉਣ ਨਾਲ, ਇੰਨੇ ਦਿਨ ਭੁੱਖੇ ਰਹਿਣ ਨਾਲ ਤੂੰ ਤੇਰੀ ਕੀਮਤ ਪਾਈ ਜਾ ਸਕਦੀ। ਕਹਿੰਦੇ ਨਹੀਂ, ਸਭ ਕੀਮਤ ਮੇਰੀ ਕੀਮਤ ਪਾਈ, ਗਿਆਨੀ ਧਿਆਨੀ ਗੁਰ ਗੁਰਹਾਈ, ਗਿਆਨੀ ਧਿਆਨੀ ਗਿਆਨ ਵਾਲਿਆਂ ਨੇ, ਧਿਆਨ ਧਰਨ ਵਾਲਿਆਂ ਨੇ, ਆਪਣੇ ਆਪ ਨੂੰ ਗੁਰੂਆਂ ਦੇ ਗੁਰੂ ਖਵਾਉਣ ਵਾਲਿਆਂ ਨੇ, ਗੁਰ ਗੁਰਹਾਈ ਕਹਿਣ ਨਾ ਜਾਈ ਤੇਰੀ ਤਿਲ ਵਡਿਆਈ, ਤੇਰੀ ਇੱਕ ਤਿਲ ਜਿੰਨੀ ਥੋੜ੍ਹੀ ਜਿੰਨੀ ਵੀ ਵਡਿਆਈ ਉਹ ਕਹਿ ਨਹੀਂ ਸਕੇ, ਐਡੀ ਵੱਡੀ ਵਡਿਆਈ ਹੈ। ਇੰਨਾ ਕੁਝ ਜਾਣਨ ਦੇ ਬਾਵਜੂਦ ਵੀ ਉਹਨਾਂ ਨੂੰ ਇੰਨਾ ਕੁ ਲੱਗਿਆ ਕਿ ਅਜੇ ਅਸੀਂ ਥੋੜ੍ਹੀ ਜਿਹੀ ਕਹਿ ਸਕੇ ਹਾਂ।
ਦਿਲ ਜਿੰਨੀ ਥੋੜ੍ਹੀ ਜਿਹੀ ਉਹਨੇ ਵੀ ਨਹੀਂ ਕਹਿ ਸਕਦੇ। ਸਭ ਸੱਤ, ਸਭ ਤਪ, ਸਭ ਚੰਗਿਆਈਆਂ, ਸਾਰੇ ਪੁੰਨ, ਸਾਰੇ ਦਾਨ, ਸਾਰੀਆਂ ਚੰਗਿਆਈਆਂ ਇਕੱਠੀਆਂ ਕਰ ਲਈਏ। ਸਿੱਧਾ ਪੁਰਖਾਂ ਕੀਆਂ ਵਡਿਆਈਆਂ, ਜਿਹੜੇ ਸਿੱਧ ਪੁਰਸ਼ ਨੇ ਉਹਨਾਂ ਨੇ ਕਰਾਮਾਤਾਂ, ਉਹਨਾਂ ਦੀਆਂ ਸਿੱਧੀਆਂ, ਇਹ ਸਾਰੀਆਂ ਇੱਕ ਵਡਿਆਈਆਂ ਹਾਸਲ ਕਰਨ ਲਈ ਕੀਤੀਆਂ ਉਹਨਾਂ ਨੇ। ਉਹਦੇ ਬਿਨਾਂ ਸਿੱਧੀ ਕਿਨੇ ਨਾ ਪਾਈ, ਪਰ ਤੇਰੇ ਤੋਂ ਬਿਨਾਂ ਸਫਲਤਾ ਕੋਈ ਪ੍ਰਾਪਤ ਨਹੀਂ ਕਰ ਸਕਿਆ। ਦੁਨੀਆਂ ਨੂੰ ਆਪਣੇ ਪਿੱਛੇ ਲਾ ਲਿਆ ਉਹ ਗੱਲ ਵੱਖਰੀ, ਪਰ ਜ਼ਿੰਦਗੀ ਦੀ ਸਫਲਤਾ ਜਿਹੜੀ ਹੈ, ਸਿੱਧੀ ਜਿਹੜੀ ਹੈ, ਉਹ ਤੇਰੇ ਤੋਂ ਬਿਨਾਂ ਪ੍ਰਾਪਤ ਨਹੀਂ ਹੋ ਸਕਦੀ। ਉਹਦੇ ਬਿਨਾਂ ਸਿੱਧੀ ਕਿਨੇ ਨਾ ਪਾਈ ਆ, ਕਰਮ ਮਿਲਿਆ ਨਾ ਹੀ ਠਾਕ ਰਖਾਈ, ਜਿਨ੍ਹਾਂ 'ਤੇ ਸ੍ਰੀ ਬਖਸ਼ਿਸ਼ ਹੈ ਫਿਰ ਉਹਨਾਂ ਦੇ ਰਸਤੇ ਵਿੱਚ ਕੋਈ ਰੁਕਾਵਟ ਨਹੀਂ ਆ ਸਕਦੀ। ਕਰਮ ਮਿਲਿਆ ਨਾ ਹੀ ਠਾਕ ਰਹਾਈਆਂ, ਉਹਨਾਂ ਦੇ ਅੰਦਰ ਠਾਕ ਵੀ ਰੋਕ, ਉਹ ਆਪਣੀ ਜ਼ਿੰਦਗੀ ਦੇ ਇਸ ਚਰਨ ਵਿੱਚ, ਇਸ ਜ਼ਿੰਦਗੀ ਦੇ ਸਫ਼ਰ ਵਿੱਚ ਤੇਰੇ ਵੱਲ ਇੰਨਾ ਵੱਧਦੇ ਗਏ ਤੇਰੇ ਮਿਲਾਪ ਲਈ ਕਿ ਉਹਨਾਂ ਦੇ ਰਸਤੇ ਵਿੱਚ ਫਿਰ ਕੋਈ ਰੋਕ ਨਹੀਂ ਆਈ, ਜਿਨ੍ਹਾਂ ਉੱਤੇ ਤੇਰੀ ਬਖਸ਼ਿਸ਼ ਹੈ। ਆਖਣ ਵਾਲਾ ਕਿਆ ਵਿਚਾਰਾ, ਕੀ ਕਹੇਗਾ ਵਿਚਾਰਾ ਕੋਈ ਆਖ ਕੇ ਤੇਰੀ ਇਸ ਵਡਿਆਈ ਨੂੰ। ਸਿਫਤੀ ਭਰੇ, ਸਿਫਤੀ ਨਹੀਂ ਸਿਫਤੀ ਹਿੰਦੀ ਲੱਗ ਕੇ ਹੈ, ਬਹੁਤੀਆਂ ਸਿਫਤਾਂ, ਤੇਰੀਆਂ ਸਿਫਤਾਂ ਇੰਨੀਆਂ ਨੇ, ਸਿਫਤੀ ਭਰੇ ਤੇਰੇ ਭੰਡਾਰਾ, ਤੇਰੇ ਤੇ ਸਿਫਤਾਂ ਦੇ ਭੰਡਾਰ ਭਰੇ ਪਏ। ਜਿਸ ਤੂੰ ਦੇ ਕਿਸੇ ਕਿਆ ਚਾਰਾ, ਹਾਂ ਜਿਹਨੂੰ ਤੂੰ ਇਹ ਸਿਫਤਾਂ ਦੇ ਦਿੰਦਾ ਫਿਰ ਉਹਨੂੰ ਕੀ ਯਤਨ ਕਰਨਾ, ਜਿਹਦੇ ਕੋਲ ਤੇਰੀਆਂ ਸਿਫਤਾਂ ਨੇ ਨਾ, ਫਿਰ ਉਹਦੇ ਪਾਤਸ਼ਾਹ ਹੀ ਪਾਤਸ਼ਾਹ, ਜਿਸਨੂੰ ਬਖਸ਼ੇ ਸਿਫਤ ਸਲਾਹ, ਨਾਨਕ ਪਾਤਸ਼ਾਹ ਹੀ ਪਾਤਸ਼ਾਹ, ਜਿਹਦੇ ਕੋਲ ਸਿਫਤ ਸਲਾਹ ਹੈ ਉਸ ਨਾਨਕ ਦੀ, ਉਹਦੇ ਪਾਤਸ਼ਾਹ ਦਾ ਪਾਤਸ਼ਾਹ ਹੋ ਗਿਆ। ਜਿਸ ਤੂੰ ਦੇ ਕਿਸੇ ਕਾ ਚਾਰਾ, ਨਾਨਕ ਸੱਚ ਸੁਆਮ ਹਾਰ, ਤੇ ਗੁਰੂ ਨਾਨਕ ਪਾਤਸ਼ਾਹ ਬਾਰੇ ਕਹਿੰਦੇ ਉਹ ਸੱਚ ਸੱਚ ਚਿੱਤ ਲਿਆਉਂਪੜ ਜਿੱਥੇ ਆ ਜਾਂਦਾ ਹੈ, ਇਹ ਪਰਮਾਤਮਾ ਨੇ ਬਖਸ਼ਿਆ ਹੋਇਆ ਸੱਚ ਵੇਖੋ, ਵਾਹਿਗੁਰੂ ਅਕਾਲ ਪੁਰਖ ਆਪ ਕਿਰਪਾ ਕਰਕੇ ਉਹਨਾਂ ਦੇ ਜੀਵਨ ਨੂੰ ਸਵਾਰਨ ਵਾਲਾ ਹੈ, ਉਹ ਸਾਡੀ ਜ਼ਿੰਦਗੀ ਨੂੰ ਸਹੀ ਮਾਨਿਆਂ ਵਿੱਚ ਸਵਾਰ ਦਿੰਦਾ, ਜਿਹਨਾਂ ਉੱਤੇ ਉਹ ਬਖਸ਼ਿਸ਼ ਕਰਦਾ, ਜਿਹਨਾਂ ਉੱਤੇ ਉਹ ਰਹਿਮਤ ਕਰਦਾ। ਆਸਾ ਮਹੱਲਾ ਪਹਿਲਾ, ਆਸਾ ਮਹੱਲਾ ਪਹਿਲਾ, ਆਖਾਂ ਜੀਵਾਂ ਵਿਸਰੇ ਮਰ ਜਾਓ, ਆਖਾਂ ਜੀਵਾਂ ਵਿਸਰੇ ਮਰ ਜਾਓ, ਆਖਣੇ ਔਖਾ ਸੱਚਾ ਨਾਓ, ਆਖਣੇ ਔਖਾ ਸੱਚਾ ਨਾਓ, ਸਾਚੇ ਨਾਮ ਕੀ ਲਾਗੇ ਭੂਖ, ਸਾਚੇ ਨਾਮ ਕੀ ਲਾਗੇ ਭੂਖ, ਪੁੱਤ ਭੁੱਖੇ ਖਾਇ ਚਲੀਏ ਦੁੱਖ, ਪੁੱਤ ਭੁੱਖੇ ਖਾਇ ਚਲੀਏ ਦੁੱਖ, ਸੋ ਕਿਉਂ ਵਿਸਰੇ ਮੇਰੀ ਮਾਏ, ਸੋ ਕਿਉਂ ਵਿਸਰੇ ਮੇਰੀ ਮਾਏ, ਸਾਚਾ ਸਾਹਿਬ ਸਾਚਾ ਨਾਏ, ਸਾਚਾ ਸਾਹਿਬ ਸਾਚਾ ਨਾਏ, ਰਹਾਓ ਰਹਾਓ ਸਾਚੇ ਨਾਮ ਕੀ ਦਿਲ ਵਡਿਆਈ, ਸਾਚੇ ਨਾਮ ਕੀ ਦਿਲ ਵਡਿਆਈ, ਆਪ ਤੱਕੇ ਕੀਮਤ ਨਹੀਂ ਪਾਈ, ਆਪ ਤੱਕੇ ਕੀਮਤ ਨਹੀਂ ਪਾਈ, ਜੇ ਸਭ ਮਿਲਕੇ ਆਖਣ ਪਾਏ, ਜੇ ਸਭ ਮਿਲਕੇ ਆਖਣ ਪਾਏ, ਵੱਡਾ ਨਾ ਹੋਵੇ ਘਾਟ ਨਾ ਜਾਏ, ਵੱਡਾ ਨਾ ਹੋਵੇ ਘਾਟ ਨਾ ਜਾਏ, ਨਾ ਉਹ ਮਰੇ ਨਾ ਹੋਵੇ ਸੋਗ, ਨਾ ਉਹ ਮਰੇ ਨਾ ਹੋਵੇ ਸੋਗ, ਜਿੰਦਾ ਰਹੇ ਨਾ ਚੁੱਕੇ ਭੋਗ, ਜਿੰਦਾ ਰਹੇ ਨਾ ਚੁੱਕੇ ਭੋਗ, ਹੁਣ ਇਹੋ ਹੋਰ ਨਾਹੀਂ ਕੋਏ, ਹੁਣ ਇਹੋ ਹੋਰ ਨਾਹੀਂ ਕੋਏ,
ਨਾ ਕੋ ਹੋਆ ਨਾ ਕੋ ਹੋਏ, ਨਾ ਕੋ ਹੋਆ ਨਾ ਕੋ ਹੋਏ, ਜੇਵੜ ਆਪ ਤੇਵੜ ਤੇਰੀ ਦਾਤ, ਜੇਵੜ ਆਪ ਤੇਵੜ ਤੇਰੀ ਦਾਤ, ਜਿੰਦਨ ਕਾਜੈ ਕੀਤੀ ਰਾਤ, ਜਿੰਦਨ ਕਾਜੈ ਕੀਤੀ ਰਾਤ, ਖਸਮ ਵਿਸਾਰੈ ਤੇ ਕਮਜਾਤ, ਖਸਮ ਵਿਸਾਰੈ ਤੇ ਕਮਜਾਤ, ਨਾਨਕ ਨਾਮੈ ਬਾਜ ਸੁਨਾਤ, ਨਾਨਕ ਨਾਮੈ ਬਾਜ ਸੁਨਾਤ। ਆਸਾ ਹੁੰਦਾ ਪਹਿਲਾਂ, ਆਸਾ ਜੀਵਾਂ ਵਿਸਰੈ ਮਰ ਜਾ, ਤੁਹਾਡੇ ਨਾਮ ਨੂੰ ਮੈਂ ਆਖਦਾ ਬੋਲਦਾ ਤਾਂ ਮੇਰਾ ਜੀਵਨ ਹੈ, ਆਤਮਿਕ ਜੀਵਨ ਹੈ। ਜਦੋਂ ਕੋਈ ਵਿਸਰ ਜਾਂਦਾ ਹੈ ਤਾਂ ਸਾਡੀ ਮੌਤ ਹੋ ਜਾਂਦੀ, ਕਿਉਂ ਵਿਸਰੈ ਤਾਂ ਸਭ ਕੋ ਲਾਗੂ, ਚਿਤ ਆਵੈ ਤਾਂ ਸੇਵਾ। ਜਦੋਂ ਕੋਈ ਵਿਸਰ ਜਾਂਦਾ ਹੈ ਸਾਡੀ ਆਤਮਿਕ ਤੌਰ ਤੇ ਮੌਤ ਹੋ ਜਾਂਦੀ ਹੈ। ਸੱਚਾ ਨਾਮ, ਪਰ ਨਾਲ ਇਹ ਹੈ ਇਹ ਸੱਚ ਨੂੰ ਨਾਮ ਨੂੰ ਕਹਿਣਾ ਔਖਾ। ਔਖਾ ਕਿਉਂ? ਕਿਉਂਕਿ ਸਾਡਾ ਸੁਭਾਅ ਝੂਠ ਨਾਲ ਜੁੜਿਆ ਪਿਆ ਹੈ। ਜਦੋਂ ਥਾਂ ਬਦਲਣੀ ਪੈ ਜਾਵੇ ਤਾਂ ਥੋੜ੍ਹੇ ਦਿਨ ਉਦੋਂ ਵੀ ਔਖਾ ਲੱਗਦਾ ਹੈ। ਇਹ ਆਮ ਕਰਕੇ ਵੇਖਦੇ ਹਾਂ ਵੀ ਜਦੋਂ ਕਿਤੇ 10-15 ਸਾਲ ਕਿਰਾਏਦਾਰ ਰਹਿ ਜਾਣਾ ਘਰ 'ਚ ਸਾਡੇ, ਕੱਢਣਾ ਤੇ ਉਹ ਔਖਾ ਹੋ ਜਾਂਦਾ ਹੈ। ਜਿਹੜੇ ਜਨਮ ਤੋਂ ਚਿਬੜੇ ਦੇ ਨਾਲ ਉਹ ਕੱਢਣੇ ਸਿਖਾਲੇ, ਪਰ ਨਾਲੇ ਬਲੀ ਨੇ ਇਹ ਕਾਮ, ਇਹ ਕ੍ਰੋਧ, ਇਹ ਲੋਭ, ਇਹ ਮੋਹ, ਇਹ ਹੰਕਾਰ ਕੌਮੇ। ਇਸ ਕਰਕੇ ਇਹ ਨਾਮ ਲੈਣਾ ਔਖਾ ਲੱਗਦਾ ਹੈ। ਹੈ ਤੇ ਔਖਾ ਕੰਮ, ਸੁਖਾਲਾ ਨਹੀਂ, ਪਰ ਫਿਰ ਵੀ ਕਹਿੰਦੇ ਸਾਰੇ ਕਹਿੰਦੇ ਤੈਨੂੰ ਆਖਦਾ ਤੇ ਮੇਰਾ ਜੀਵਨ ਹੈ, ਇੱਥੇ ਤੱਕ ਵਿਵਸਥਾ ਬਣ ਗਈ ਕਿ ਤੂੰ ਵਿਸਰ ਜਾਂਦਾ ਮੇਰੀ ਮੌਤ ਹੋ ਜਾਂਦੀ। ਆਖਣ ਔਖਾ ਸਾਚਾ ਨਾਮ, ਸਾਚੇ ਨਾਮ ਕੀ ਲੱਗਦਾ ਭੁੱਖ, ਤੇਰੇ ਨਾਮ ਦੀ ਜਦੋਂ ਭੁੱਖ ਲੱਗ ਜਾਏ, ਭੁੱਖ ਬਹੁਤੀ ਲੱਗਣੀ ਤੇ ਨਾ ਲੱਗਣੀ, ਅਸੀਂ ਦੋ ਚੀਜ਼ਾਂ ਕਰਕੇ ਡਾਕਟਰ ਕੋਲ ਜਾਂਦੇ, ਅਸੀਂ ਡਾਕਟਰ ਕੋਲੇ ਦੋ ਚੀਜ਼ਾਂ ਕਰਕੇ ਜਾਂਦੇ ਹਾਂ ਵੀ ਜਾਂ ਤੇ ਮੈਨੂੰ ਭੁੱਖ ਨਹੀਂ ਲੱਗਦੀ ਤੇ ਜਾਂ ਮੈਨੂੰ ਭੁੱਖ ਬਹੁਤ ਲੱਗਦੀ, ਦੋ ਚੀਜ਼ਾਂ ਨੇ। ਭੁੱਖ ਲੱਗਣੀ ਵੀ ਜ਼ਰੂਰੀ ਹੈ ਪਰ ਲੋੜ ਤੋਂ ਵੱਧ ਵੀ ਮਾੜੀ। ਅਸੀਂ ਇਸੇ ਕਰਕੇ ਬਿਮਾਰ ਹਾਂ ਕਿਉਂਕਿ ਸਾਨੂੰ ਮਾਇਕ ਪਦਾਰਥਾਂ ਦੀ ਲੋੜ ਤੋਂ ਜ਼ਿਆਦਾ ਭੁੱਖ ਲੱਗੀ ਹੋਈ। ਡਾਕਟਰ ਕਹਿੰਦਾ ਕਿ ਤੇਰੇ ਅੰਦਰ ਕੀੜੇ ਨੇ, ਤੈਨੂੰ ਜ਼ਿਆਦਾ ਭੁੱਖ ਲੱਗਦੀ ਹੈ ਤਾਂ ਮਤਲਬ ਤੇਰੇ ਅੰਦਰ ਕੀੜੇ ਨੇ ਤੇ ਸਾਡੇ ਅੰਦਰ ਵੀ ਕੀੜੇ ਨੇ। ਇਹ ਕਾਮ ਹੈ, ਕ੍ਰੋਧ ਹੈ, ਲੋਭ ਹੈ, ਹੰਕਾਰ ਨੇ, ਤ੍ਰਿਸ਼ਨਾਵਾਂ, ਪਤਾ ਨਹੀਂ ਜਿਹੜੇ ਭਲਾਪ ਨੇ ਚੱਲਦੇ ਪਏ। ਉਹਦੀ ਦਵਾਈ ਸਰਵ ਰੋਗ ਕਾਮ ਨਾਮ ਮਾਰੇ ਦਾਰੂ ਦਿੰਦਾ, ਕਿਉਂਕਿ ਸੰਸਾਰ ਰੋਗੀ ਨਾਮ ਦਾਰੂ ਤੇ ਭੁੱਖ ਨਾ ਲੱਗੇ ਸੀ ਵੀ ਭੁੱਖ ਹੈ, ਇਹ ਵੀ ਇੱਕ ਬਿਮਾਰੀ। ਇਹਦਾ ਮਤਲਬ ਕੋਈ ਨਾ ਕੋਈ ਅੰਦਰ ਸਾਡੀ ਬਿਮਾਰੀ। ਇੱਥੇ ਮਗਰ ਤੇਰੇ ਨਾਮ ਦੀ ਭੁੱਖ ਲੱਗ ਜਾਏ, ਜਿਹਨਾਂ ਸਾਨੂੰ ਤੇ ਮਾਇਕ ਪਦਾਰਥਾਂ ਦੀ ਭੁੱਖ ਹੈ, ਜਿਹਨਾਂ ਨੂੰ ਤੇਰੇ ਨਾਮ ਦੀ ਭੁੱਖ ਲੱਗਦੀ ਹੈ ਨਾ, ਲੱਗੀ ਤੇ ਸਾਨੂੰ ਭੁੱਖ ਵੀ ਅੱਜ ਸਾਡਾ ਚਿੱਤ ਕਰਦਾ ਕਿ ਅਸੀਂ ਰਹਿ ਰਸ ਅਨੰਦ ਨਾਲ ਬਹਿ ਕੇ ਪੜ੍ਹੀਏ। ਅੱਜ ਸਾਡਾ ਚਿੱਤ ਕਰਦਾ ਕਿ ਅਸੀਂ ਆਸਾ ਦੀ ਵਾਰ ਨੂੰ ਪੜ੍ਹਦੇ ਦੇਖੀਏ। ਅੱਜ ਸਾਡਾ ਚਿੱਤ ਕਰਦਾ ਕਿ ਸਿੱਧ ਗੋਸ਼ਟ ਜਿਹੜੀ ਬਾਰੇ ਕੀਤੀ ਉਹਨੂੰ ਬਹਿ ਕੇ ਆਰਾਮ ਨਾਲ ਪੜ੍ਹੀਏ। ਕਿਉਂ ਨਹੀਂ ਕੀਤਾ? ਕਿਉਂਕਿ ਬਿਮਾਰ ਅਜੇ, ਕਿਉਂਕਿ ਜਦੋਂ ਬਾਣੀ ਨਾਲ ਜੁੜਦੇ ਹਾਂ ਸਮਝਦੇ ਹਾਂ ਉਹਨੂੰ ਸਾਨੂੰ ਸਮਝ ਆਏ ਮੇਰਾ ਇੱਥੇ ਬੋਲਿਆ ਹੋਇਆ ਸਾਰਥਕ ਨਹੀਂ, ਇਹ ਆਖਰੀ ਨਹੀਂ,
ਇਹ ਸਾਡਾ ਇੱਕ ਯਤਨ ਥੋੜਾ ਜਿਹਾ ਆਰੰਭਿਆ ਕਿ ਸ਼ਾਇਦ ਇਸ ਪ੍ਰੋਗਰਾਮ ਨੂੰ ਵੇਖ ਕੇ ਪਿੰਡ ਪਿੰਡ ਦੇ ਵਿੱਚ, ਸ਼ਹਿਰ ਸ਼ਹਿਰ ਦੇ ਵਿੱਚ, ਮਹੱਲੇ ਮਹੱਲੇ ਦੇ ਵਿੱਚ ਇਹ ਪ੍ਰੋਗਰਾਮ ਹੋਣ ਲੱਗ ਜਾਣ। ਬੜੇ ਵਧੀਆ ਗੁਰੂ ਪਿਆਰੇ ਨੇ ਜਿਹੜੇ ਉਹ ਇਸ ਪ੍ਰੋਗਰਾਮ ਨੂੰ ਚਲਾ ਸਕਦੇ, ਤਾਂ ਕਿ ਅਸੀਂ ਬਾਣੀ ਨਾਲ ਜੁੜ ਕੇ ਜੋ ਸਾਡੇ ਕੋਲ ਖਜ਼ਾਨਾ ਹੈ ਉਹਨੂੰ ਪ੍ਰਾਪਤ ਕਰ ਸਕੀਏ। ਇੱਕ ਘੰਟਾ, ਅੱਧਾ ਘੰਟਾ, ਇੱਕ ਘੜੀ, ਆਧੀ ਘੜੀ, ਆਧੀ ਤੇ ਹੁਣ ਪ੍ਰਥਮ ਸਥਿਤੀ ਗੋਸਟੇ ਜੋ ਕਿਨੋ ਸੁਲਾ। ਹੁਣ ਇੱਥੇ ਵਾਲੇ ਕਹਿੰਦੇ ਜਿਹਨਾਂ ਨੂੰ ਤੇਰੇ ਨਾਮ ਦੀ ਭੁੱਖ ਹੈ ਨਾ, ਆਮ ਸਾਚੇ ਨਾਮ ਦੀ ਲੱਗਿਆ ਭੁੱਖ ਹੈ, ਖਾਏ ਚੱਲੀ ਹੈ ਭੁੱਖ, ਉਹ ਤੋਂ ਭੁੱਖ ਹੈ, ਉਹ ਭੁੱਖ ਨਾਲ ਜਿਹਨੂੰ ਨਾਮ ਦੀ ਭੁੱਖ ਲੱਗ ਗਈ ਉਹਨਾਂ ਨੇ ਦੁੱਖ ਖਾਧੇ ਗਏ, ਖਤਮ ਹੋ ਗਏ। ਸੋ ਕਿਉਂ ਵਿਸਰੈ ਮੇਰੀ ਮਾਏ, ਇਹ ਮੇਰੀ ਮਾਂ ਫਿਰ ਸਾਨੂੰ ਕਿਉਂ ਵਿਸਰ ਜਾਏ ਉਹ ਮਾਲਕ ਨੂੰ, ਸਾਚਾ ਸਾਹਿਬ ਸਾਚਾ ਨਾਇ, ਜਿਹੜਾ ਸਾਹਿਬ ਸੱਚਾ ਹੈ, ਜਿਹਦਾ ਨਿਯਮ ਸੱਚਾ ਹੈ, ਸਾਨੂੰ ਕਿਉਂ ਵਿਸਰੇ ਪ੍ਰਭੂ। ਰਵਾਓ ਸਾਚੇ ਨਾਮ ਕੀ ਤਿਲ ਵਡਿਆਈ, ਉਹ ਸਵਾਈ ਅਕਾਲ ਪੁਰਖ ਦੇ ਨਾਮ ਦੀ ਤਿਲ ਜਿੰਨੀ ਵਡਿਆਈ, ਥੋੜੀ ਜਿੰਨੀ ਵੀ ਆਖ ਤੱਕੇ ਕੀ ਪਾਈ, ਕਹਿਣ ਵਾਲੇ ਥੱਕ ਗਏ ਪਰ ਉਹਦੀ ਕੀਮਤ ਕੋਈ ਪਾ ਨਾ ਸਕਿਆ। ਜੇ ਸਭ ਮਿਲ ਕੇ ਆਖਣ ਪਾਏ, ਜੇ ਸਾਰੇ ਮਿਲ ਕੇ ਵੀ ਕਹਿਣ, ਵੱਡਾ ਨਾ ਹੋਵੇ ਘਾਟ ਨਾ ਜਾਏ, ਉਹਨਾਂ ਦੇ ਕਹਿਣ ਨਾਲ ਨਾ ਵੱਡਾ ਹੁੰਦਾ ਹੈ ਤੇ ਨਾ ਹੀ ਘਟੇਗਾ, ਉਹ ਤੇ ਸੱਚ ਤੋਂ ਸੱਚ ਹੀ ਹੈ। ਨਾ ਉਹ ਮਰਿਆ ਨਾ ਹੋਵੇ ਸੋਗ, ਨਾ ਉਹ ਮਰਦਾ ਤੇ ਨਾ ਹੀ ਅੰਦਰ ਕੋਈ ਸੋਗ ਹੈ। ਦਿੰਦਾ ਰਹੇ ਨਾ ਚੁੱਕਿਆ ਭੋਗ, ਉਹ ਦਿੰਦਾ ਆ ਰਿਹਾ, ਉਹਦੇ ਭੋਗ ਕਦੇ ਮੁੱਕਦੇ ਨਹੀਂ, ਉਸ ਮਾਲਕ ਵੱਲੋਂ ਦਿੱਤੀਆਂ ਹੋਈਆਂ ਦਾਤਾਂ ਕਦੇ ਨਹੀਂ ਮੁੱਕੀਆਂ। ਹੁਣ ਇਹੋ ਹੋਰ ਨਾ ਹੀ ਕੋਈ ਅਜਿਹੇ, ਉਹਦੀ ਖੂਬੀ ਇਹ ਹੋਈ ਹੈ ਕਿ ਐਡਾ ਵੱਡਾ ਗੁਣਾ ਵੇਖੋ ਦਾ ਉਸ ਮਾਲਕ ਦਾ, ਸਾਨੂੰ ਨਜ਼ਦੀਕ ਲੈ ਗਏ ਬਿਲਕੁਲ ਪਰਮਾਤਮਾ ਦੇ। ਹੁਣ ਇਹੋ ਹੋਰ ਨਾ ਹੀ ਕੋਈ, ਨਾ ਕੋ ਹੋਆ ਨਾ ਕੋ ਹੋਏ, ਨਾ ਕੋਈ ਉਹਦੇ ਵਰਗਾ ਹੋਇਆ ਤੇ ਨਾ ਹੀ ਅੱਗੋਂ ਹੋਏਗਾ, ਕਿਉਂਕਿ ਇੱਕ ਹੈ ਆਪਣੇ ਵਰਗਾ, ਉਹ ਬਸ ਉਹਦੇ ਵਰਗਾ ਦੁਨੀਆਂ ਤੇ ਅਸੀਂ ਉਹਦਾ ਕੰਪੈਰੀਜ਼ਨ ਕੋਈ ਕਰ ਨਹੀਂ ਸਕਦੇ ਕਿਸੇ ਨਾਲ, ਨਾ ਕੋ ਹੋਆ ਨਾ ਕੋ ਹੋਏ ਨਾ ਕੋ ਅੱਗੋਂ ਹੋਏਗਾ। ਜੀਵਨ ਆਪ ਤੇਵਲ ਤੇਰੀ ਦਾਤ, ਕਹਿੰਦੇ ਜੀਵਨ ਹੈ ਤੂੰ ਆਪ ਹੈ, ਉਹ ਜੇ ਦਾਤਾਂ ਨੇ ਤੇਰੀਆਂ, ਤੇਰੀਆਂ ਦਾਤਾਂ ਵੀ ਨਾਮ ਉੱਤਰ ਵਾਲੀਆਂ ਨੇ ਜਿਹਨਾਂ ਤੋਂ ਤੂੰ ਬਖਸ਼ਿਸ਼ਾਂ ਕਰਦੇ ਹੈ। ਜਿਨ ਦਿਨ ਕਰਕੇ ਕੀਤੀ ਰਾਤ, ਜਿਹਨੇ ਇਹ ਦਿਨ ਇਹ ਰਾਤ ਪੈਦਾ ਕੀਤੇ ਸੰਸਾਰ ਚ ਪੈਦਾ ਕੀਤਾ ਸਾਰਾ, ਖਸਮ ਵਿਸਾਰਿਆ ਤੇ ਕਮਜਾਤ, ਜਿਹੜੇ ਉਸ ਮਾਲਕ ਨੂੰ ਵਿਸਾਰ ਦਿੰਦੇ ਨੇ ਉਹ ਕਮਜਾਤ ਨੇ। ਕਮਜਾਤ ਸ਼ਬਦ ਆਪਾਂ ਕਿਹਨਾਂ ਲਈ ਵਰਤਦੇ ਹਾਂ, ਨੀਚ ਲੋਕਾਂ ਲਈ, ਭੈੜੇ ਲੋਕਾਂ ਲਈ। ਨਾਨਕ ਨਾਮੈ ਬਾਜ ਸੁਨਾਤ, ਤੇ ਵਰਗੇ ਨਾਮ ਤੋਂ ਬਿਨਾਂ ਹੀਣਾ ਮਨੁੱਖ ਕੀ ਨੀਚ ਹੈ। ਹੋਰ ਕੋਈ ਜਿਹੜੇ ਅਸੀਂ ਬਣਾਏ ਹੋਏ ਨਾ ਜਾਤ ਪਾਤ, ਉਹ ਨਹੀਂ, ਤੇਰੇ ਸਹੀ ਮਨੇ ਵਿੱਚ ਨੀਚ ਉਹ ਮਨੁੱਖ ਹੈ ਜਿਹੜਾ ਨਾਮ ਤੋਂ ਹੀਣਾ, ਨਾਮ ਤੋਂ ਖਾਲੀ ਇਨਸਾਨ ਜਿਹੜਾ ਹੈ ਉਹ ਸਹੀ ਮਨੇ ਵਿੱਚ ਨੀਚ ਹੈ। ਰਾਗ ਗੁਜਰੀ ਮਹੱਲਾ ਚੌਥਾ, ਰਾਗ ਗੁਜਰੀ ਮਹੱਲਾ ਚੌਥਾ, ਹਰ ਕੇ ਜਨ ਸਤਿਗੁਰ ਸਤਿਪੁਰਖਾ, ਹਰ ਕੇ ਜਨ ਸਤਿਗੁਰ ਸਤਿਪੁਰਖਾ, ਕਿਨੋ ਕਰੋ ਗੁਰਪਾਸ, ਕਿਨੋ ਕਰੋ ਗੁਰਪਾਸ, ਨਾਮ ਕੀ ਦੇ ਕਿਨ ਮੂੰਹ
ਸਤਿਗੁਰ ਸਰਣਾਈ, ਹਮ ਕੀਰੇ ਕਰਮ ਸਤਿਗੁਰ ਸਰਣਾਈ, ਕਾ ਦਇਆ ਨਾਮ ਪ੍ਰਗਾਸ, ਕਾ ਦਇਆ ਨਾਮ ਪ੍ਰਗਾਸ, ਮੇਰੇ ਮੀਤ ਗੁਰਦੇਵ, ਮੇਰੇ ਮੀਤ ਗੁਰਦੇਵ, ਤੂੰ ਕੋ ਰਾਮ ਨਾਮ ਪ੍ਰਗਾਸ, ਤੂੰ ਕੋ ਰਾਮ ਨਾਮ ਪ੍ਰਗਾਸ, ਗੁਰਮਤ ਨਾਮ ਮੇਰਾ ਪ੍ਰਾਣ ਸਖਾਈ, ਗੁਰਮਤ ਨਾਮ ਮੇਰਾ ਪ੍ਰਾਣ ਸਖਾਈ, ਹਰ ਕੀਰਤ ਹਮਰੀ ਰਹਿਰਾਸ, ਹਰ ਕੀਰਤ ਹਮਰੀ ਰਹਿਰਾਸ, ਰਹਾਉ ਰਹਾਉ ਹਰ ਜਨ ਕੇ ਵੱਡ ਭਾਗ ਵਡੇਰੇ, ਹਰ ਜਨ ਕੇ ਵੱਡ ਭਾਗ ਵਡੇਰੇ, ਜਿਨ ਹਰ ਹਰ ਸ਼ਰਧਾ ਹਰ ਪਿਆਸ, ਹਰ ਹਰ ਸ਼ਰਧਾ ਹਰ ਪਿਆਸ, ਹਰ ਹਰ ਨਾਮ ਮਿਲੈ ਤ੍ਰਿਪਤਾਸੈ, ਹਰ ਹਰ ਨਾਮ ਮਿਲੈ ਤ੍ਰਿਪਤਾਸੈ, ਮਿਲ ਸੰਗਤ ਗੁਣ ਪ੍ਰਗਾਸ, ਮਿਲ ਸੰਗਤ ਗੁਣ ਪ੍ਰਗਾਸ, ਜਿਨ ਹਰ 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 ਰਸ ਨਾਮ ਨਾ ਪਾਇਆ, ਹਰ 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 ਰਸ ਨਾਮ ਨਾ ਪਾਇਆ, ਤੇ ਭਾਗਹੀਣ ਜਪਾਸ, ਤੇ ਭਾਗਹੀਣ ਜਪਾਸ, ਜੋ ਸਤਗੁਰ ਚਰਨ ਸੰਗਤ ਨਹੀਂ ਆਏ, ਜੋ ਸਤਗੁਰ ਚਰਨ ਸੰਗਤ ਨਹੀਂ ਆਏ, ਤ੍ਰਿਪ ਜੀਵੇ ਤ੍ਰਿਪ ਜੀਵਾਸ, ਤ੍ਰਿਪ ਜੀਵੇ ਤ੍ਰਿਪ ਜੀਵਾਸ, ਜਿਨ ਹਰ ਜਨ ਸਤਗੁਰ ਸੰਗਤ ਪਾਈ, ਜਿਨ ਹਰ ਜਨ ਸਤਗੁਰ ਸੰਗਤ ਪਾਈ, ਤਿਨ ਧੁਰ ਮਸਤਕ ਲਿਖਿਆ ਲਿਖਾਸ, ਤਿਨ ਧੁਰ ਮਸਤਕ ਲਿਖਿਆ ਲਿਖਾਸ, ਧੰਨ ਧੰਨ ਸਤ ਸੰਗਤ ਜਿਤ ਹਰ ਰਸ ਪਾਇਆ, ਧੰਨ ਧੰਨ ਸਤ ਸੰਗਤ ਜਿਸ ਹਰ ਰਸ ਪਾਇਆ, ਮਿਲ ਜਨ ਨਾਨਕ ਨਾਮ ਪ੍ਰਗਾਸ, ਮਿਲ ਜਨ ਨਾਨਕ ਨਾਮ ਪ੍ਰਗਾਸ, ਰਾਗ ਗੁਜਰੀ ਆਮ ਕਰਕੇ ਅਸੀਂ ਨਾ ਉਚਾਰਨ ਗੁਜਰੀ ਕਹਿੰਦੇ, ਜਿਹੜਾ ਕਿ ਠੀਕ ਨਹੀਂ, ਗੁਜਰੀ ਰਾਗ ਹੈ, ਗੱਗੇ ਥੱਲੇ ਦੁਲੈਂਕੜ ਹੈ। ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਮਹਾਰਾਜ, ਗੁਰੂ ਰਾਮਦਾਸ ਜੀ ਮਹਾਰਾਜ ਭਗਤ, ਸਿਰਫ ਦੋ ਬੋਲ ਨਹੀਂ ਬਹੁਤ ਨੇ, ਕਿਉਂਕਿ ਉਹਨਾਂ ਦੀ ਵਡਿਆਈ ਐਡੀ ਵੱਡੀ ਕਿ ਜੇ ਕਰਨ ਲੱਗ ਜਾਈਏ ਤਾਂ ਸ਼ਾਇਦ ਜਿੰਨੀ ਆਪਣੀ ਕਲਾਸ ਚੱਲਣੀ ਇਹਨੂੰ ਕਈ ਸਾਲ ਦੂਰ ਲੱਗ ਸਕਦੇ। ਇਹ ਗੱਲ ਇਤਿਹਾਸ ਦੱਸਦਾ ਕਿ ਚੌਥੇ ਪਾਤਸ਼ਾਹ ਦੀਆਂ ਅੱਖਾਂ ਹਮੇਸ਼ਾ ਨਵ ਰਹੀਆਂ, ਉਹਨਾਂ ਦੀ ਅੱਖਾਂ ਵਿੱਚ ਨਵੀਂ ਰਹੀ ਹਮੇਸ਼ਾ, ਉਹ ਪਰਮਾਤਮਾ ਦੇ ਪ੍ਰੇਮ ਵਿੱਚ ਹਮੇਸ਼ਾ ਵਿਰੁੱਧ ਰਹੇ, ਕਿਸੇ ਗਰੀਬ ਨੂੰ ਭੁੱਖੇ ਨੂੰ ਦੇਖ ਕੇ ਉਹਨਾਂ ਦੇ ਅੱਖਾਂ ਚੋਂ ਹੰਝੂ ਆਪ ਹਾਲੇ ਨਿਕਲ ਜਾਂਦੇ ਸੀ, ਕਿਉਂਕਿ ਉਹ ਚੀਜ਼ ਨੂੰ ਉਹਨੇ ਹੰਢਾਇਆ ਸੀ ਕਿਸੇ ਬੇਆਸਰੇ। ਇਸ ਕਰਕੇ ਜਿਹੜੇ ਲੰਗਰ ਦੀ ਪ੍ਰਥਾ ਜਿਹੜੀ ਹੈ ਉਹਨਾਂ ਦੇ ਨਾਮ ਤੇ ਇਸ ਕਰਕੇ ਚੱਲਦੀ ਰਹੀ, ਅੱਜ ਵੀ ਚੱਲਦੀ ਹੈ, ਚੱਲਦੀ ਰਹੇਗੀ, ਕਿਉਂਕਿ ਉਹ ਪਰਮਾਤਮਾ ਦੀ ਪ੍ਰਾਪਤੀ ਲਈ ਉਹਨਾਂ ਨੇ ਬਚਪਨ ਤੋਂ ਹੀ ਇੱਕ ਗੁਰਸਿੱਖ ਨੂੰ ਸਿੱਖਿਆ ਦੇਣ ਦੀ ਪੂਰੀ ਜਿਹੜੀ ਢਾਲ ਹੈ ਨਾ ਉਹ ਢਲ ਕੇ ਦਿਖਾਇਆ ਕਿ ਗਰੀਬੀ ਵਿੱਚ ਰਹਿੰਦਿਆਂ ਹੋਇਆਂ, ਢੂੰਗਣੀਆਂ ਵੇਚਦਿਆਂ ਹੋਇਆਂ, ਨਿਆਸਿਆ ਹੁੰਦਿਆਂ ਹੋਇਆਂ ਉਹ ਸਮਾਰਕ ਨਾਲ ਨਹੀਂ ਜੁੜੀਦਾ। ਅਤੇ ਅਸੀਂ ਸਾਡੇ ਕੋਲ ਸਾਰਾ ਕੁਝ, ਸਾਡੇ ਕੋਲ ਗੱਡੀਆਂ, ਸਾਡੇ ਕੋਲ ਤਾਂ ਵਧੀਆ ਘਰ ਨੇ, ਸਾਡੇ ਕੋਲ ਤਾਂ ਸਾਰੀਆਂ ਰਿਸ਼ਤੇਦਾਰੀ ਨਾਲ ਖੜ੍ਹੇ ਸਾਡੇ, ਅਤੇ ਅਸੀਂ ਕਿਉਂ ਨਹੀਂ ਜੁੜਦੇ? ਕਿਉਂ? ਕਿਉਂਕਿ ਉਹਦੀ ਕਿਰਪਾ ਤੋਂ ਬਿਨਾਂ ਨਹੀਂ ਹੋ ਸਕਦੀ ਚਾਹੇ ਜੇ ਸਾਰੀ। ਇੱਥੇ ਵੀ ਹੁਣ ਮਾਰੇ ਬੇਨਤੀ ਦਾ ਸ਼ਬਦ ਚੌਥੇ ਪਾਤਸ਼ਾਹ ਹਰ ਰੋਜ਼ ਬਹਿਰਾਸ ਕਰਦੇ ਹਾਂ, ਉਹਦੇ ਵਿੱਚ ਪੜ੍ਹਦੇ ਹਾਂ ਹਰ ਰੋਜ਼ ਰਾਗ ਗੁਜਰੀ ਮਹੱਲਾ ਚੌਥਾ, ਹਰ ਕੇ ਜਨ ਸਤਿਗੁਰੂ ਸਤਿਪੁਰਖਾ, ਬਿਨੋ ਕਰੋ ਗੁਰਮੁਖ।
ਹਰੀ ਕੇ ਜਨ ਸਤਪੁਰਖ ਐ ਸਤਪੁਰਖ ਬਿਨੋ ਕਰੋ ਬੇਨਤੀ ਕਰਦੇ ਗੁਰੂ ਦੇ ਪਾਸ ਆਪਣੇ ਗੁਰੂ ਅੱਗੇ ਇਹ ਬੇਨਤੀ ਕਰਨੀ ਕਰੋ ਭਾਈ ਹਮ ਕੀੜੇ ਕਿਰ ਅਸੀਂ ਤੇ ਕੀੜੇ ਮਕੌੜੇ ਹਾਂ ਸੱਚੇ ਪਾਤਸ਼ਾਹ ਸਤਿਗੁਰ ਸ਼ਰਨਾਈ ਸਤਿਗੁਰ ਦੀ ਸ਼ਰਨ ਵਿੱਚ ਆਏ ਹਾਂ ਕਰ ਦਇਆ ਸਾਡੇ ਉੱਤੇ ਦਇਆ ਕਰ ਨਾਮ ਪ੍ਰਗਾਸ ਸਾਡੇ ਅੰਦਰ ਨਾਮ ਦਾ ਪ੍ਰਕਾਸ਼ ਹੋ ਜਾਏ ਇਹ ਦਇਆ ਕਰ ਮੰਗਣ ਦਾ ਤਰੀਕਾ ਮਹਾਰਾਜ ਦੱਸਦੇ ਕਿ ਇੰਜ ਬੇਨਤੀ ਕਰ ਗੁਰੂ ਅੱਗੇ ਖਲੋ ਕੇ ਕਿ ਸੱਚੇ ਪਾਤਸ਼ਾਹ ਅਸੀਂ ਤੇ ਕੀੜੇ ਮਕੌੜੇ ਹਾਂ ਸਾਨੂੰ ਨਹੀਂ ਕੁਝ ਪਤਾ ਬਸ ਸਿਰਫ ਤੇਰੀ ਸ਼ਰਨ ਵਿੱਚ ਆ ਗਏ ਹਾਂ ਸਾਡੇ ਤੇ ਦਇਆ ਕਰ ਕਿਰਪਾ ਕਰ ਸਾਡੇ ਉੱਤੇ ਸਾਡੇ ਹਿਰਦੇ ਵਿੱਚ ਤੇਰੇ ਨਾਮ ਦਾ ਪ੍ਰਕਾਸ਼ ਹੋ ਜਾਏ ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪ੍ਰਕਾਸ ਵੇਖੋ ਮਹਾਰਾਜ ਬੜੇ ਪ੍ਰੇਮ ਨਾਲ ਹੈ ਮੇਰੇ ਮਿੱਤਰ ਗੁਰੂ ਨੂੰ ਮਿੱਤਰ ਕਹਿੰਦੇ ਜਿਵੇਂ ਆਪਾਂ ਬਹੁਤ ਨੇੜਤਾ ਨਾਲ ਗੱਲ ਕਰਦੇ ਕਿਸੇ ਨਾਲ ਕਿ ਤੂੰ ਸਾਡਾ ਮਿੱਤਰ ਹੈ ਤੂੰ ਗੁਰਦੇਵ ਹੈ ਸਾਡਾ ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪ੍ਰਕਾਸ ਮੈਨੂੰ ਪਰਮਾਤਮਾ ਦੇ ਨਾਮ ਦਾ ਪ੍ਰਕਾਸ਼ ਕਰ ਮੇਰੇ ਅੰਦਰ ਖਲੋ ਹੋ ਜਾਏ ਉਹ ਹਿਰਦੇ ਵਿੱਚ ਵਸ ਜਾਏ ਉਹਦਾ ਨਾਮ ਉਹਦੇ ਗੁਣ ਗੁਰਮਤ ਨਾਮ ਮੇਰਾ ਪ੍ਰਾਣ ਸਿਖਾਈ ਤੇ ਗੁਰੂ ਦੇ ਅਨੁਸਾਰ ਦੱਸਿਆ ਹੋਇਆ ਨਾਮ ਗੁਰੂ ਦੇ ਅਨੁਸਾਰ ਬਾਣੀ ਦੇ ਅਨੁਸਾਰ ਜੋ ਸਾਨੂੰ ਬਾਣੀ ਕਹਿ ਰਹੀ ਹੈ ਉਹਦੇ ਮੁਤਾਬਕ ਆਪਣਾ ਜੀਵਨ ਜਿਉਣਾ ਗੁਰਮਤ ਪੱਤੇ ਨੂੰ ਸਿਹਾਰੀ ਇਸ ਕਰਕੇ ਲਾਈ ਹੋਈ ਗੁਰੂ ਦੀ ਮਤ ਦੁਆਰਾ ਆਪਣੀ ਮਤ ਨਾਲ ਨਹੀਂ ਗੁਰ ਕੀ ਮਤ ਗੁਰਮਤ ਨਾਮ ਮੇਰਾ ਪ੍ਰਾਣ ਸਿਖਾਈ ਮੇਰੇ ਪ੍ਰਾਣਾਂ ਦਾ ਆਸਰਾ ਹੋ ਗਿਆ ਸਹਾਈ ਹੋ ਗਿਆ ਗੁਰੂ ਦੀ ਮਤ ਜਿਹੜੀ ਸੀ ਨਾ ਗੁਰੂ ਦੀ ਮਤ ਦੁਆਰਾ ਜਪਿਆ ਹੋਇਆ ਨਾਮ ਮੇਰੇ ਪ੍ਰਾਣਾਂ ਦਾ ਆਸਰਾ ਹੋ ਗਿਆ ਗੁਰਮਤ ਨਾਮ ਮੇਰਾ ਪ੍ਰਾਣ ਸਿਖਾਈ ਹਰ ਕੀਰਤ ਹਮਰੀ ਰਹਿ ਰਾਸ ਹਰੀ ਦੀ ਕੀਰਤੀ ਵਡਿਆਈ ਸਾਡੇ ਲਈ ਰਾਹ ਦੀ ਪੂੰਜੀ ਹੋ ਗਈ ਕਿਉਂਕਿ ਅਸੀਂ ਮੁਸਾਫ਼ਰ ਹਾਂ ਅਸੀਂ ਸਾਰੇ ਹੀ ਮੁਸਾਫ਼ਰ ਹਾਂ ਹਰ ਰੋਜ਼ ਚੱਲ ਰਹੇ ਹਾਂ ਅਸੀਂ ਦਿਨ ਚੱਲ ਰਹੇ ਹਾਂ ਰਾਤ ਚੱਲ ਰਹੇ ਹਾਂ ਆਪਣੀ ਮੰਜ਼ਿਲ ਵੱਲ ਨੂੰ ਪਹੁੰਚ ਰਹੇ ਹਾਂ ਅਸੀਂ ਆਪਣੀ ਮੰਜ਼ਿਲ ਵੱਲ ਨੂੰ ਪਹੁੰਚ ਰਹੇ ਹਾਂ ਇੱਕ ਦਿਨ ਇਹ ਗੱਡੀ ਤੋਂ ਉਤਰਨਾ ਪਏਗਾ ਇੱਥੇ ਮਹਾਰਾਜ ਕਹਿੰਦੇ ਕਿਰਪਾ ਕਰ ਸੱਚੇ ਪਾਤਸ਼ਾਹ ਸਾਡੇ ਤੇ ਗੁਰੂ ਦੀ ਮਤ ਲੈਣੀ ਹੈ ਨਾ ਉਹ ਮੇਰੇ ਪ੍ਰਾਣਾਂ ਦਾ ਆਸਰਾ ਹੋ ਗਈ ਹਰ ਕੀਰਤ ਹਮਰੀ ਰਹਿਰਾਸ ਰਹਿਰਾਸ ਹੁੰਦਾ ਰਾਹ ਦੀ ਪੂੰਜੀ ਜਿਸ ਤਰ੍ਹਾਂ ਰਸਤੇ ਮੁਸਾਫ਼ਰ ਜਾਂਦਾ ਹੈ ਉਹਦੇ ਕੋਲੇ ਕੁਝ ਨਾ ਕੁਝ ਹੋਣਾ ਚਾਹੀਦਾ ਤਾਂ ਹੀ ਸਫ਼ਰ ਕਰੇਗਾ ਕਿਤੇ ਖਾਣਾ ਹੈ ਕਿਤੇ ਪੀਣਾ ਹੈ ਕਿਤੇ ਜਾਣਾ ਹੈ ਕਿਤੇ ਆਉਣਾ ਹੈ ਫਿਰ ਇਹ ਰਾਹ ਦੀ ਪੂੰਜੀ ਪਰਮਾਤਮਾ ਦੇ ਗੁਣ ਇਹ ਸੰਸਾਰ ਰੂਪੀ ਸਫ਼ਰ ਨੂੰ ਤੈਅ ਕਰਦੇ ਹਾਂ ਹੁਣ ਸਾਡੇ ਕੋਲ ਉਸ ਪਰਮਾਤਮਾ ਦੇ ਨਾਮ ਦੀ ਪੂੰਜੀ ਹੈ ਰਹਾਉ ਹਰ ਜਨ ਕੇਵਟ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਉਹ ਹਰੀ ਕੇ ਜਾਨੋ ਪਿਆਰੇ ਉਹਨਾਂ ਦੇ ਵੱਡੇ ਭਾਗ ਨੇ ਜਿਨ੍ਹਾਂ ਨੂੰ ਉਸ ਪਰਮਾਤਮਾ ਦੇ ਪ੍ਰਤੀ ਸ਼ਰਧਾ ਤੇ ਉਹਦੇ ਨਾਲ ਪਿਆਸ ਹੈ ਉਹਦੇ ਨਾਮ ਦੀ ਜਿਨ੍ਹਾਂ ਦਾ ਕਿਉਂਕਿ ਜਦ ਪਿਆਸ ਹੀ ਨਹੀਂ ਭਾਵੇਂ ਕੋਲੇ ਬਾਲਟੀ ਪਈ ਹੋਵੇ ਜਦੋਂ ਪਿਆਸ ਹੈ ਉਦੋਂ ਪਾਣੀ ਦੀ ਗਲਾਸ ਦੀ ਕਿ ਪਾਣੀ ਦੇ ਬੂੰਦ ਦੀ ਵੀ ਕੀਮਤ ਪੈ ਜਾਂਦੀ ਹੈ ਜਿਨ੍ਹਾਂ ਨੂੰ ਤੇਰੇ ਨਾਮ ਦੀ ਪਿਆਸ ਹੈ ਹਰ ਹਰ ਨਾਮ ਮਿਲਿਆ ਤ੍ਰਿਪਤਾਸ ਹੈ ਕਿਉਂਕਿ ਉਹਨਾਂ ਨੂੰ ਜਦੋਂ ਤੇਰਾ ਨਾਮ ਮਿਲਦਾ ਹੈ ਉਹ ਤ੍ਰਿਪਕਦੇ ਨੇ ਤ੍ਰਿਪਤਾਸ ਹੈ ਤਾਂ ਭਾਵ ਤੋਂ ਰੱਜ ਜਾਂਦੇ ਮਿਲ ਸੰਗਤ ਗੁਣ ਪ੍ਰਕਾਸ਼
ਇਸ ਕਰਕੇ ਮਿਲਦੇ ਨੇ ਸੰਗਤ ਦੁਆਰਾ ਉਹ ਗੁਣਾਂ ਦਾ ਪ੍ਰਕਾਸ਼ ਹੁੰਦਾ ਹੈ, ਕਿਉਂਕਿ ਜਿਹੜੇ ਤੇਰੇ ਜਨ ਨੇ, ਜਿਹੜੇ ਤੇਰੇ ਸੇਵਕ ਨੇ, ਸਾਧ ਸੰਗਤ ਆਰਤੀ ਮਿਲਦੇ ਨੇ, ਬੈਠਦੇ ਨੇ, ਤੇਰੇ ਗੁਣਾਂ ਨਾਲ ਸਾਂਝ ਪਾਉਂਦੇ ਨੇ, ਉਹਨਾਂ ਅੰਦਰ ਉਹਨਾਂ ਗੁਣਾਂ ਦਾ ਪ੍ਰਕਾਸ਼ ਹੁੰਦਾ ਹੈ। ਜਿਨ ਹਰ ਹਰ ਹਰਸ ਨਾਮ ਨਾ ਪਾਇਆ, ਇੱਥੇ ਮਗਨ ਜਿਨ੍ਹਾਂ ਨੇ ਪਰਮਾਤਮਾ ਦੇ ਨਾਮ ਨੂੰ ਜਪ ਜਪ ਕੇ ਉਹ ਨਾਮ ਦਾ ਰਸ ਪ੍ਰਾਪਤ ਨਹੀਂ ਕੀਤਾ। ਕਦੇ ਕਦੇ ਮੇਰੇ ਮਨ ਚ ਇਹ ਚੀਜ਼ ਆਉਂਦੀ, ਮੈਂ ਸੰਗਤ ਨਾਲ ਵੀ ਕਈ ਵਾਰੀ ਕਰਦਾ ਇਹ ਗੱਲ, ਇਹ ਚੀਜ਼ ਬੜੀ ਵਾਰੀ ਆਏਗੀ, ਸੰਗਤ ਬਾਣੀ ਵਿੱਚ ਬੜੀ ਵਾਰੀ ਹੁੰਦੀ। ਸਾਨੂੰ ਕੋਈ ਘਰੇ ਚੀਜ਼ ਦੇ ਜਾਏ ਖਾਣ ਵਾਸਤੇ, ਵਧੀਆ ਖਾਣ ਵਾਲੀ ਚੀਜ਼, ਮੈਨੂੰ ਕੋਈ ਘਰੇ ਕੋਈ ਐਸੀ ਚੀਜ਼ ਦੇ ਕੇ ਗਿਆ, ਉਹ ਮੈਂ ਜਿਹਨੂੰ ਵੀ ਖਵਾਈ, ਉਹਨੇ ਪੁੱਛਿਆ ਜੀ ਕਿੱਥੋਂ ਲੈ ਕੇ ਆਏ, ਇਹ ਖਾਣਾ ਜਿਹੜਾ ਚੀਜ਼ ਬਣਿਆ ਹੋਇਆ ਹੈ, ਇਹ ਇੰਨੀ ਵਧੀਆ ਚੀਜ਼ ਹੈ, ਤੁਸੀਂ ਲੈ ਕੇ ਕਿੱਥੇ ਆਏ? ਕਿਉਂ ਕਿਉਂ ਪ੍ਰਾਪਤਾ ਹੋ ਗਈ? ਕਿਉਂਕਿ ਅਸੀਂ ਵੀ ਲੈ ਕੇ ਆਉਂਦੇ। ਇੱਥੇ ਹੁਣ ਮਹਾਰਾਜ ਕਹਿੰਦੇ ਨੇ ਕਿ ਇਹ ਨਾਮ ਰਸ ਇੰਨਾ ਉੱਚਾ ਹੈ, ਇੰਨਾ ਸੁੱਚਾ ਹੈ, ਤੁਹਾਨੂੰ ਦੱਸਦੇ ਪਏ ਨੇ, ਕਦੇ ਸਾਡੇ ਮਨ ਵਿੱਚ ਵੀ ਆਇਆ ਹੋਵੇ ਕਿ ਅਸੀਂ ਵੀ ਇਸ ਰਸ ਨੂੰ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰੀਏ? ਨਹੀਂ ਆਇਆ। ਕਿਉਂ ਨਹੀਂ ਆਇਆ? ਕਿਉਂਕਿ ਅਸੀਂ ਬਾਣੀ ਨੂੰ ਪੜ੍ਹਦੇ, ਅਸੀਂ ਰੱਟਾ ਲਾਈ ਜਾਂਦੇ ਹਾਂ, ਸਾਡਾ ਪੜ੍ਹ ਪੜ੍ਹੀ ਜਾ ਰਹੇ ਹਾਂ, ਉਹਦੇ ਕੀ ਅਰਥ ਨੇ, ਕੀ ਕਹਿਣਾ ਚਾਹੁੰਦੇ ਨੇ? ਇੱਥੇ ਵਾਕਿਆ ਜਿਨ੍ਹਾਂ ਨੇ ਉਹ ਨਾਮ ਰਸ ਨਹੀਂ ਆਇਆ ਤੇ ਭਾਗਹੀਣ, ਉਹ ਭਾਗਾਂ ਤੋਂ ਹੀਣੇ ਨੇ। ਫਿਰ ਸੰਗਤ ਵਿੱਚ ਆ ਕੇ ਬਾਣੀ ਨਾਲ ਜੁੜ ਕੇ ਵੀ ਜੇ ਨਾਮ ਰਸ ਨਹੀਂ ਆਇਆ, ਮਾਰਗ ਨੂੰ ਭਾਗਹੀਣ ਨੇ, ਭਾਈ ਵੇ ਭਾਗ ਨੇ, ਜਮ ਪਾਸ ਜਮਾਂ ਦੇ ਪਾਸ ਹੀ ਜਾਣ, ਜੋ ਸਤਿਗੁਰੂ ਸ਼ਰਨ ਸੰਗਤ ਨਹੀਂ ਆਏ, ਜਿਹੜੇ ਸਤਿਗੁਰੂ ਦੀ ਸ਼ਰਨ ਵਿੱਚ ਗੁਰੂ ਕੀ ਸੰਗਤ ਵਿੱਚ ਨਹੀਂ ਆਏ, ਭਰੇ ਵੀ ਜੀਵੇ, ਕਿਹੜੇ ਤਰਕਾਰ ਜਿਵੇਂ ਉਹਨਾਂ ਨੂੰ ਕਿਹੜੇ ਨੂੰ ਇਹੋ ਜਿਹੇ ਜਿਉਣ ਦਾ ਭਰਿਕ ਜੀ ਵਾਸ ਤੇ ਬਾਦਸ਼ਾਹ ਨੇ ਅਗਲਾ ਜਿਹੜਾ ਜਿਉਣਾ ਹੈ ਉਹਨਾਂ ਦਾ, ਉਹ ਵੀ ਤਰਕਾਰ ਹੈ। ਜਿਨ ਹਰ ਜਨ ਸਤਿਗੁਰ ਸੰਗਤ ਪਾਈ, ਜਿਨ੍ਹਾਂ ਹਰੀ ਦੇ ਪਿਆਰਿਆਂ ਨੇ ਸਤਿਗੁਰ ਸੱਚ ਦੇ ਗਿਆਨ ਦੁਆਰਾ ਸਾਧ ਸੰਗਤ ਪ੍ਰਾਪਤ ਕੀਤੀ, ਫਿਰ ਧੁਰਮਸਤਕ ਲਿਖਿਆ ਲਿਖਾਸ, ਉਹਨਾਂ ਨੂੰ ਧੁਰੋਂ ਦੀ ਮਸਤਕ ਇਹ ਗੱਲ, ਕਿਉਂਕਿ ਗੁਰੂ ਦੀ ਇਹ ਗੱਲ ਗੁਰੂ ਦੀ ਮੱਤ ਲੈ ਕੇ ਉਹਨਾਂ ਦੇ ਦਿਮਾਗ ਵਿੱਚ ਧੁਰੋਂ ਹੀ ਇਹ ਗੱਲ ਬੈਠ ਗਈ ਕਿ ਸੰਗਤ ਵਿੱਚ ਆ ਕੇ ਹੀ ਵਿੱਚ ਸੰਗਤ ਹਰ ਪ੍ਰਭ ਵਸੈ ਜੀ। ਸੰਗਤ ਵਿੱਚ ਆ ਕੇ ਹੀ ਬਹੁਤ ਕੁਛ ਮਿਲਦਾ ਹੈ, ਜੋ ਕੁਝ ਵੀ, ਇਹ ਗੱਲ ਸੰਗਤ ਵਿੱਚ ਗੁਰੂ ਨੂੰ ਹਾਜ਼ਰ ਨਾਲ ਜਾਣ ਕੇ ਦਾਸ ਇਹ ਗੱਲ ਕਹਿ ਰਿਹਾ ਮੈਂ ਕਿ ਦਾਸ ਨੂੰ ਜੋ ਕੁਝ ਵੀ ਪ੍ਰਾਪਤ ਹੋਇਆ ਸੰਗਤ ਵਿੱਚੋਂ ਹੀ ਮਿਲਿਆ। ਮੇਰੇ ਨਾਲ ਬੈਠੇ ਨੇ ਬਜ਼ੁਰਗ ਸਾਡੇ, ਇਹ ਕਦੇ ਕਦੇ ਆਉਂਦੇ ਨੇ, ਇਹਨਾਂ ਆਪਣਾ ਬਹੁਤ ਕੁਝ ਹਾਸਲ ਕੀਤਾ ਹੈ, ਹੋਰ ਵੀ ਬੜੇ ਗੁਰਮੁਖ ਪਿਆਰੇ ਇੱਥੇ ਆ ਕੇ ਵਿਚਾਰ ਕਰਦੇ ਜਾਂਦੇ ਨੇ, ਉਹਨਾਂ ਕੋਲੋਂ ਬਹੁਤ ਕੁਛ ਕੀਤਾ ਹੈ, ਅੱਗੇ ਸੰਗਤ ਬੈਠੀ ਵਿਚਾਰਵਾਨ ਲੋਕ ਨੇ ਇਹਨਾਂ ਕੋਲੋਂ ਬਹੁਤ ਕੁਛ ਪ੍ਰਾਪਤ ਕੀਤਾ, ਵਨ ਮੈਨ ਇਜ ਨੋਟ ਪਰਫੈਕਟ। ਇਸ ਕਰਕੇ ਸੰਗਤ ਨੂੰ ਵੀ ਮਹਾਰਾਜ ਨੇ ਗੁਰੂ ਰੂਪ ਕਿਹਾ। ਇੱਥੇ ਚੌਥੇ ਪਾਤਸ਼ਾਹ ਦੀ ਗੱਲ ਕਹਿ ਭਾਈ, ਜਿਨ ਹਰ ਜਨ ਸਤਿਗੁਰ ਸੰਗਤ ਪਾਈ, ਤਿੰਨ ਧਰਮਸਤਕ ਲਿਖਿਆ ਲਿਖਾਸ, ਧਨ ਧਨ ਸਤਸੰਗਤ, ਉਹ ਸਤਸੰਗਤ ਧੰਤਾ ਦੇ ਯੋਗ ਹੈ ਜਿਤ ਹਰ ਰਸ ਪਾਇਆ, ਜਿੱਥੋਂ ਅਸੀਂ ਇਹ ਨਾਮ ਰੂਪੀ ਰਸ ਪ੍ਰਾਪਤ ਕੀਤਾ, ਉਹ ਸੰਗਤ ਧੰਤਾ ਦੇ ਯੋਗ ਹੈ। ਮਿਲ ਜਨ ਨਾਨਕ ਨਾਮ ਪ੍ਰਗਾਸ, ਇਸ ਕਰਕੇ ਪਾਤਸ਼ਾਹ ਨੇ ਉਹਨਾਂ ਨੂੰ ਮਿਲ ਕੇ
ਉਹਨਾਂ ਜਨ ਪਿਆਰਿਆਂ ਨੂੰ ਸੇਵਕਾਂ ਨੂੰ ਮਿਲ ਕੇ ਕਿ ਨਾਨਕ ਇਹ ਨਾਮ ਦਾ ਪ੍ਰਕਾਸ਼ ਤੇਰੇ ਅੰਦਰ ਇੰਝ ਹੋ ਸਕਦਾ ਹੈ। ਜੇ ਤੂੰ ਆਪਣੇ ਅੰਦਰ ਉਹ ਪ੍ਰਕਾਸ਼ ਉਹ ਗਿਆਨ ਹਾਸਲ ਕਰਨਾ ਚਾਹੁੰਦਾ ਹੈ ਤਾਂ ਸਤਸੰਗਤ ਕਰਨੀ ਕਰ। ਅਖੀਰ ਵਿੱਚ ਮਹਾਰਾਜ ਸਪਸ਼ਟ ਕਰ ਦਿੱਤਾ ਕਿ ਜੇ ਤੂੰ ਉਸ ਗਿਆਨ ਦੇ ਨਾਮ ਰੂਪੀ ਰਸ ਨੂੰ ਪ੍ਰਾਪਤ ਕਰਨਾ ਚਾਹੁੰਦਾ ਹੈ ਤਾਂ ਸਤਸੰਗਤ ਪ੍ਰਾਪਤ ਕਰ, ਸਤਸੰਗਤ ਨਾਲ ਜੁੜ ਜਾ, ਜੋ ਬਾਣੀ ਕਹਿ ਰਹੀ ਹੈ ਉਹਦੇ ਮੁਤਾਬਕ ਆਪਣਾ ਜੀਵਨ ਜਿਉਂ, ਇਹ ਨਾਮ ਰਸ ਤੈਨੂੰ ਸਹਿਜੇ ਹੀ ਪ੍ਰਾਪਤ ਹੋ ਜਾਏਗਾ। ਮੇਰੇ ਰਾਮ ਹਮ ਬਾਰਕ ਹਰ ਪ੍ਰਭ ਕੇ ਹੈ ਏ ਆਣੀ, ਹਮ ਬਾਰਕ ਹਰ ਪ੍ਰਭ ਕੇ ਹੈ ਏ ਆਣੀ।